ਗੜ੍ਹ ਵਿੱਚ ਮੈਡਲ ਤੇ ਹੱਥ ਵਿੱਚ ਇੰਡੀਆ ਬੁੱਕ ਆਫ ਰਿਕਾਰਡ ਦਾ ਖਿਤਾਬ ਫੜ ਕੇ ਖੜੀ ਇਹ ਹੋਣਹਾਰ ਬੱਚੀ ਅਪੇਕਸ਼ਾ ਹੈ, ਜਿਸ ਦਾ ਦਿਮਾਗ ਕਿਸੇ ਕੈਲਕੂਲੇਟਰ ਤੋਂ ਵੀ ਤੇਜ਼ ਹੈ ਅਤੇ ਇਸਨੇ ਹੁਣ ਤੱਕ ਅਬੇਕਸ ਮੁਕਾਬਲਿਆਂ ਦੇ ਵਿੱਚ ਕਈ ਖਿਤਾਬ ਆਪਣੇ ਨਾਮ ਕੀਤੇ ਨੇ। ਦੱਸਦੀ ਕਿ ਹਾਲ ਹੀ ਦੇ ਵਿੱਚ ਅਪੇਕਸ਼ਾ ਨੇ ਇੱਕ ਹੋਰ ਨਵਾਂ ਰਿਕਾਰਡ ਆਪਣੇ ਨਾਮ ਕਰ ਲਿਆ, ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ। ਅਪੇਕਸ਼ਾ ਨੇ ਪਹਿਲਾਂ ਵੀ ਇੱਕ ਏਸ਼ੀਆ ਰਿਕਾਰਡ ਅਤੇ ਫਿਰ ਵਰਲਡ ਰਿਕਾਰਡ ਵੀ ਦੋ ਆਪਣੇ ਨਾਮ ਕੀਤੇ ਹੋਏ ਨੇ ਤੇ ਹੁਣ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਵੀ ਉਸਨੇ ਆਪਣਾ ਨਾਮ ਦਰਜ ਕਰਵਾ ਲਿਆ। ਅਪੇਕਸ਼ਾ ਦੇ ਪਿਤਾ ਬੇਹੱਦ ਖੁਸ਼ੀ ਜ਼ਾਹਰ ਕਰਦੇ ਹੋਏ ਇਹ ਕਹਿ ਰਹੇ ਨੇ ਕਿ ਉਹਨਾਂ ਨੂੰ ਆਪਣੀ ਧੀ ਤੇ ਮਾਣ ਹੈ। ਇੱਥੇ ਅਪੇਕਸ਼ਾ ਦਾ ਵੀ ਕਹਿਣਾ ਹੈ ਕਿ ਉਸਦੇ ਮਾਤਾ ਪਿਤਾ ਨੇ ਉਸਦੀ ਬਹੁਤ ਮਦਦ ਕੀਤੀ ਹੈ, ਬਹੁਤ ਸਹਿਯੋਗ ਦਿੱਤਾ ਹੈ। ਰਾਮਪੁਰਾ ਫੂਲ ਦੀ ਰਹਿਣ ਵਾਲੀ ਅਪੇਕਸ਼ਾ ਇੰਨੀ ਹੋਣਹਾਰ ਵਿਦਿਆਰਥਣ ਹੈ ਕਿ ਇਸਨੇ ਹੁਣ ਤੱਕ ਆਪਣੇ ਨਾਮ ਕਈ ਰਿਕਾਰਡ ਕੀਤੇ ਨੇ, ਕਈ ਰਿਕਾਰਡਾਂ ਦੇ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਅਪੇਕਸ਼ਾ ਦੀ ਇਸੇ ਉਪਲਬਧੀ ਨੂੰ ਲੈ ਕੇ ਡਿਪਟੀ ਕਮਿਸ਼ਨਰ ਦੇ ਵੱਲੋਂ ਵੀ ਉਸਨੂੰ ਸਨਮਾਨਿਤ ਕੀਤਾ ਗਿਆ ਹੈ। ਖਿਤਾਬ ਤਾਂ ਆਪਣੇ ਨਾਮ ਕੀਤੇ ਹੀ ਨੇ ਅਪੇਕਸ਼ਾ ਨੇ, ਪਰ ਉਸਨੂੰ ਖਾਸ ਤੌਰ ਤੇ ਡਿਪਟੀ ਕਮਿਸ਼ਨਰ ਨੇ ਆਪਣੇ ਦਫ਼ਤਰ ਚ ਬੁਲਾ ਕੇ ਉਸਨੂੰ ਸਨਮਾਨਿਤ ਕੀਤਾ ਹੈ ਤੇ ਵਧਾਈ ਦਿੱਤੀ ਹੈ। ਰਿਕਾਰਡ ਬਣਾਇਆ ਹੈ, ਮੈਨੇ 100 ਤੱਕ ਦੇ ਸਕੇਅਰ 2:11 ਦੇ ਵੀ ਸਭ ਤੋਂ ਤੇਜ਼ੀ ਨਾਲ ਹੱਲ ਕੀਤੇ ਹਨ, ਇਸ ਲਈ ਮੈਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਨੇ ਵੀ ਔਨਰ ਕੀਤਾ ਹੈ। ਇਹ ਮੈਨੂੰ ਇਸ ਗੱਲ 'ਤੇ ਬਹੁਤ ਖੁਸ਼ੀ ਹੋ ਰਹੀ ਹੈ। ਇਹ ਜਿਹੜਾ ਰਿਕਾਰਡ ਹੈ ਇਹ ਮੈਂ ਆਪਣੇ ਮਾਤਾ ਪਿਤਾ ਜੋ ਮੇਰੇ ਬੈਕਸ ਟੀਚਰ ਹਨ ਉਹਨਾਂ ਦੀ ਬਲੈਸਿੰਗ ਅਤੇ ਉਹਨਾਂ ਦੇ ਹਾਰਡਵਰਕ ਕਰਕੇ ਬਣਾ ਪਾਈ ਹੈ। ਮੈਂ ਉਹਨਾਂ ਨੂੰ ਬਹੁਤ ਧੰਨਵਾਦ ਦੇਣਾ ਚਾਹੂੰਗੀ। ਇਹ ਰਿਕਾਰਡਸ ਹਰ ਇੱਕ ਜਵਾਕ ਬਣਾ ਸਕਦਾ ਹੈ, ਬਸ ਉਹਨੂੰ ਆਪਣੀ ਉਹਨਾਂ ਦੀ ਲਾਈਫ ਦੇ ਵਿੱਚ ਡਿਸਿਪਲਿਨ ਦੀ ਲੋੜ ਹੈ ਅਤੇ ਉਹਨੂੰ ਰੋਜ਼ ਮਿਹਨਤ ਅਤੇ ਹਾਰਡ ਵਰਕ ਦੀ ਲੋੜ ਹੈ। ਅੱਜ ਮੇਰੇ ਲਈ ਬੇਹੱਦ ਹੀ ਖੁਸ਼ੀ ਭਰਿਆ ਦਿਨ ਹੈਗਾ। ਬੇਟੀ ਅਪੇਕਸ਼ਾ ਵੱਲੋਂ ਇੱਕ ਨਵਾਂ ਇੰਡੀਆ ਬੁੱਕ ਆਫ ਰਿਕਾਰਡ ਬਣਾਇਆ ਗਿਆ। 1:100 ਤੱਕ ਦੇ ਸਕੇਅਰ ਵੈਲਿਊਜ਼ ਨੂੰ ਸਭ ਤੋਂ ਫਾਸਟ ਕੀਤਾ ਉਸਨੇ 2:11 ਦੇ ਵਿੱਚ, ਅਤੇ ਇੰਡੀਆ ਬੁੱਕ ਨੇ ਇਸਨੂੰ ਸਭ ਤੋਂ ਫਾਸਟ ਕਰਨ ਵਾਲੇ ਬੱਚਿਆਂ ਦਾ ਖਿਤਾਬ ਦਿੱਤਾ। ਇੱਕ ਤਾਂ ਇਹ ਖੁਸ਼ੀ ਦਾ ਰੀਜ਼ਨ ਹੈਗਾ, ਸੈਕਿੰਡ ਖੁਸ਼ੀ ਦਾ ਕਾਰਨ ਹੈਗਾ ਅੱਜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਵੀ ਉਸਨੂੰ ਇਸ ਪ੍ਰਾਪਤੀ ਦੇ ਲਈ ਸਨਮਾਨਿਤ ਕੀਤਾ ਗਿਆ ਆਪਣੇ ਦਫ਼ਤਰ ਦੇ ਵਿੱਚ ਉਚੇਚੇ ਰੂਪ ਦੇ ਵਿੱਚ। ਦੱਸਣਾ ਬਣਦਾ ਹੈ ਕਿ ਬੇਟੀ ਦੇ ਇਸ ਤੋਂ ਪਹਿਲਾਂ ਵੀ ਇੱਕ ਇੰਡੀਆ ਬੁੱਕ ਆਫ ਰਿਕਾਰਡ ਹੈ, ਇੱਕ ਏਸ਼ੀਆ ਬੁੱਕ ਆਫ ਰਿਕਾਰਡ ਹੈ ਔਰ 2 ਵਰਲਡ ਰਿਕਾਰਡ ਉਸਦੇ ਨਾਂ ਆਲਰੇਡੀ ਮੈਥ ਦੇ ਹਨ। ਉਸਨੇ 3 ਵੱਖ-ਵੱਖ ਨੈਸ਼ਨਲ ਔਰ ਇੰਟਰਨੈਸ਼ਨਲ ਬੈਕਰਸ ਕੰਪੀਟੀਸ਼ਨ ਵੀ ਜਿੱਤੇ ਹਨ। ਇਹਨਾਂ ਸਾਰੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਕਿਸੇ ਵੀ ਮਾਤਾ ਪਿਤਾ ਲਈ ਫਖਰ ਤਾਂ ਹੋਣਾ ਬਣਦਾ ਹੀ ਹੈ। ਇਹ ਸਿਰਫ ਸਾਨੂੰ ਹੀ ਫਖਰ ਮਹਿਸੂਸ ਨਹੀਂ ਹੁੰਦਾ, ਸਾਨੂੰ ਇਹ ਲੱਗਦਾ ਵੀ ਇਹਨਾਂ ਅਚੀਵਮੈਂਟਸ ਦੇ ਨਾਲ ਜਿਹੜਾ ਸਾਡਾ ਸ਼ਹਿਰ ਰਾਮਪੁਰਾ ਫੂਲਾ ਉਹਦਾ ਨਾਮ ਵੀ ਪੂਰੇ ਭਾਰਤ ਦੇ ਵਿੱਚ ਪੂਰੇ ਇੰਟਰਨੈਸ਼ਨਲ ਲੈਵਲ 'ਤੇ ਵੀ ਨਾਮ ਬਣਿਆ ਹੈ, ਅਤੇ ਜਿਸ ਦੇ ਲਈ ਸਾਰੇ ਲੋਕਾਂ ਦੀ ਦੁਆਵਾਂ ਵੀ ਇਸਦੇ ਵਿੱਚ ਸ਼ਾਮਲ ਹਨ। ਗੜ੍ਹ ਵਿੱਚ ਮੈਡਲ ਤੇ ਹੱਥ ਵਿੱਚ ਇੰਡੀਆ ਬੁੱਕ ਆਫ ਰਿਕਾਰਡ ਦਾ ਖਿਤਾਬ ਫੜ ਕੇ ਖੜੀ ਇਹ ਹੋਣਹਾਰ ਬੱਚੀ ਅਪੇਕਸ਼ਾ ਹੈ, ਜਿਸ ਦਾ ਦਿਮਾਗ ਕਿਸੇ ਕੈਲਕੂਲੇਟਰ ਤੋਂ ਵੀ ਤੇਜ਼ ਹੈ ਅਤੇ ਇਸਨੇ ਹੁਣ ਤੱਕ ਅਬੇਕਸ ਮੁਕਾਬਲਿਆਂ ਦੇ ਵਿੱਚ ਕਈ ਖਿਤਾਬ ਆਪਣੇ ਨਾਮ ਕੀਤੇ ਨੇ। ਦੱਸਦੀ ਕਿ ਹਾਲ ਹੀ ਦੇ ਵਿੱਚ ਅਪੇਕਸ਼ਾ ਨੇ ਇੱਕ ਹੋਰ ਨਵਾਂ ਰਿਕਾਰਡ ਆਪਣੇ ਨਾਮ ਕਰ ਲਿਆ, ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ। ਅਪੇਕਸ਼ਾ ਨੇ ਪਹਿਲਾਂ ਵੀ ਇੱਕ ਏਸ਼ੀਆ ਰਿਕਾਰਡ ਅਤੇ ਫਿਰ ਵਰਲਡ ਰਿਕਾਰਡ ਵੀ ਦੋ ਆਪਣੇ ਨਾਮ ਕੀਤੇ ਹੋਏ ਨੇ ਤੇ ਹੁਣ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਵੀ ਉਸਨੇ ਆਪਣਾ ਨਾਮ ਦਰਜ ਕਰਵਾ ਲਿਆ। ਅਪੇਕਸ਼ਾ ਦੇ ਪਿਤਾ ਬੇਹੱਦ ਖੁਸ਼ੀ ਜ਼ਾਹਰ ਕਰਦੇ ਹੋਏ ਇਹ ਕਹਿ ਰਹੇ ਨੇ ਕਿ ਉਹਨਾਂ ਨੂੰ ਆਪਣੀ ਧੀ ਤੇ ਮਾਣ ਹੈ। ਇੱਥੇ ਅਪੇਕਸ਼ਾ ਦਾ ਵੀ ਕਹਿਣਾ ਹੈ ਕਿ ਉਸਦੇ ਮਾਤਾ ਪਿਤਾ ਨੇ ਉਸਦੀ ਬਹੁਤ ਮਦਦ ਕੀਤੀ ਹੈ, ਬਹੁਤ ਸਹਿਯੋਗ ਦਿੱਤਾ ਹੈ। ਰਾਮਪੁਰਾ ਫੂਲ ਦੀ ਰਹਿਣ ਵਾਲੀ ਅਪੇਕਸ਼ਾ ਇੰਨੀ ਹੋਣਹਾਰ ਵਿਦਿਆਰਥਣ ਹੈ ਕਿ ਇਸਨੇ ਹੁਣ ਤੱਕ ਆਪਣੇ ਨਾਮ ਕਈ ਰਿਕਾਰਡ ਕੀਤੇ ਨੇ, ਕਈ ਰਿਕਾਰਡਾਂ ਦੇ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਅਪੇਕਸ਼ਾ ਦੀ ਇਸੇ ਉਪਲਬਧੀ ਨੂੰ ਲੈ ਕੇ ਡਿਪਟੀ ਕਮਿਸ਼ਨਰ ਦੇ ਵੱਲੋਂ ਵੀ ਉਸਨੂੰ ਸਨਮਾਨਿਤ ਕੀਤਾ ਗਿਆ ਹੈ। ਖਿਤਾਬ ਤਾਂ ਆਪਣੇ ਨਾਮ ਕੀਤੇ ਹੀ ਨੇ ਅਪੇਕਸ਼ਾ ਨੇ,
ਪਰ ਉਸਨੂੰ ਖਾਸ ਤੌਰ ਤੇ ਡਿਪਟੀ ਕਮਿਸ਼ਨਰ ਨੇ ਆਪਣੇ ਦਫ਼ਤਰ ਚ ਬੁਲਾ ਕੇ ਉਸਨੂੰ ਸਨਮਾਨਿਤ ਕੀਤਾ ਹੈ ਤੇ ਵਧਾਈ ਦਿੱਤੀ ਹੈ। ਰਿਕਾਰਡ ਬਣਾਇਆ ਹੈ, ਮੈਨੇ 100 ਤੱਕ ਦੇ ਸਕੇਅਰ 2 ਮਿੰਟ 11 ਸੈਕਿੰਡ ਦੇ ਵਿੱਚ ਸਭ ਤੋਂ ਤੇਜ਼ੀ ਨਾਲ ਹੈਂਡਲ ਕੀਤੇ ਹਨ, ਇਸ ਲਈ ਮੈਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਨੇ ਵੀ ਔਨਰ ਕੀਤਾ ਹੈ। ਇਹ ਮੈਨੂੰ ਇਸ ਗੱਲ 'ਤੇ ਬਹੁਤ ਖੁਸ਼ੀ ਹੋ ਰਹੀ ਹੈ। ਇਹ ਜਿਹੜਾ ਰਿਕਾਰਡ ਹੈ, ਇਹ ਮੈਂ ਆਪਣੇ ਮਾਤਾ ਪਿਤਾ ਜੋ ਮੇਰੇ ਬੈਕਸ ਟੀਚਰ ਹਨ ਉਹਨਾਂ ਦੀ ਬਲੈਸਿੰਗ ਅਤੇ ਉਹਨਾਂ ਦੇ ਹਾਰਡਵਰਕ ਕਰਕੇ ਬਣਾ ਪਾਈ ਹੈ। ਮੈਂ ਉਹਨਾਂ ਨੂੰ ਬਹੁਤ ਧੰਨਵਾਦ ਦੇਣਾ ਚਾਹੂੰਗੀ। ਇਹ ਰਿਕਾਰਡਸ ਹਰ ਇੱਕ ਜਵਾਕ ਬਣਾ ਸਕਦਾ, ਬਸ ਉਹਨੂੰ ਆਪਦੀ ਉਹਨਾਂ ਦੀ ਲਾਈਫ ਦੇ ਵਿੱਚ ਡਿਸਿਪਲਿਨ ਦੀ ਲੋੜ ਹੈ ਅਤੇ ਉਹਨੂੰ ਰੋਜ਼ ਮਿਹਨਤ ਅਤੇ ਹਾਰਡਵਰਕ ਦੀ ਲੋੜ ਹੈ। ਅੱਜ ਮੇਰੇ ਲਈ ਬੇਹਦ ਹੀ ਖੁਸ਼ੀ ਭਰਿਆ ਦਿਨ ਹੈਗਾ। ਬੇਟੀ ਅਪੇਕਸ਼ਾ ਵੱਲੋਂ ਇੱਕ ਨਵਾਂ ਇੰਡੀਆ ਬੁੱਕ ਆਫ ਰਿਕਾਰਡ ਬਣਾਇਆ ਗਿਆ। 1 ਤੋਂ ਲੈ ਕੇ 100 ਤੱਕ ਦੇ ਸਕੇਅਰ ਵੈਲਿਊਜ਼ ਨੂੰ ਸਭ ਤੋਂ ਫਾਸਟ ਕੀਤਾ ਉਸਨੇ 2 ਮਿੰਟ 11 ਸੈਕਿੰਡ ਦੇ ਵਿੱਚ, ਅਤੇ ਇੰਡੀਆ ਬੁੱਕ ਨੇ ਇਸ ਨੂੰ ਸਭ ਤੋਂ ਫਾਸਟ ਕਰਨ ਵਾਲੇ ਬੱਚੇ ਦਾ ਖਿਤਾਬ ਦਿੱਤਾ। ਇੱਕ ਤਾਂ ਇਹ ਖੁਸ਼ੀ ਦਾ ਰੀਜ਼ਨ ਹੈਗਾ, ਸੈਕਿੰਡ ਖੁਸ਼ੀ ਦਾ ਕਾਰਨ ਹੈਗਾ ਅੱਜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਵੀ ਉਸਨੂੰ ਇਸ ਪ੍ਰਾਪਤੀ ਦੇ ਲਈ ਸਨਮਾਨਿਤ ਕੀਤਾ ਗਿਆ ਆਪਣੇ ਦਫ਼ਤਰ ਦੇ ਵਿੱਚ ਉੱਚੇ ਰੂਪ ਦੇ ਵਿੱਚ। ਦੱਸਣਾ ਬਣਦਾ ਹੈ ਕਿ ਬੇਟੀ ਦੇ ਇਸ ਤੋਂ ਪਹਿਲਾਂ ਵੀ 1 ਇੰਡੀਆ ਬੁੱਕ ਆਫ ਰਿਕਾਰਡ ਹੈ, 1 ਏਸ਼ੀਆ ਬੁੱਕ ਆਫ ਰਿਕਾਰਡ ਹੈ ਔਰ 2 ਵਰਲਡ ਰਿਕਾਰਡ ਉਸਦੇ ਨਾਂ ਆਲਰੇਡੀ ਮੈਥ ਦੇ ਹਨ। ਉਸਨੇ 3 ਵੱਖ ਵੱਖ ਨੈਸ਼ਨਲ ਔਰ ਇੰਟਰਨੈਸ਼ਨਲ ਬੈਕਰਸ ਕੰਪੀਟੀਸ਼ਨ ਵੀ ਜਿੱਤੇ ਹਨ। ਇਹਨਾਂ ਸਾਰੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਕਿਸੇ ਵੀ ਮਾਤਾ ਪਿਤਾ ਲਈ ਫਖਰ ਤਾਂ ਹੋਣਾ ਬਣਦਾ ਹੀ ਹੈ। ਇਹ ਸਿਰਫ ਸਾਨੂੰ ਹੀ ਫਖਰ ਮਹਿਸੂਸ ਨਹੀਂ ਹੁੰਦਾ, ਸਾਨੂੰ ਇਹ ਲੱਗਦਾ ਵੀ ਇਹਨਾਂ ਅਚੀਵਮੈਂਟ ਦੇ ਨਾਲ ਜਿਹੜਾ ਸਾਡਾ ਸ਼ਹਿਰ ਰਾਮਪੁਰਾ ਫੂਲਾ, ਉਹਦਾ ਨਾਮ ਵੀ ਪੂਰੇ ਭਾਰਤ ਦੇ ਵਿੱਚ ਪੂਰੇ ਇੰਟਰਨੈਸ਼ਨਲ ਲੈਵਲ 'ਤੇ ਵੀ ਨਾਮ ਬਣਿਆ ਹੈ, ਅਤੇ ਜਿਸ ਦੇ ਲਈ ਸਾਰੇ ਲੋਕਾਂ ਦੀ ਦੁਆਵਾਂ ਵੀ ਇਸ ਦੇ ਵਿੱਚ ਸ਼ਾਮਿਲ ਹਨ।